ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਾਂ ਬਦਮਾਸ਼ਾਂ ਦੇ ਖਿਲਾਫ਼ ਲਗਾਤਾਰ ਕਾਰਵਾਈ ਜਾ ਰਹੀ ਹੈ। ਫਿਰ ਚਾਹੇ ਬਨੂੜ ਦੇ ਵਿੱਚ 12 ਘੰਟੇ ਦੇ ਅੰਦਰ ਅੰਦਰ ਜਿਹੜੇ ਬਦਮਾਸ਼ ਨੇ ਉਹ ਫੜੇ ਜਾਂਦੇ ਨੇ, ਇਨਕਾਊਂਟਰ ਹੁੰਦਾ ਜਾਂ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਫਿਰੌਤੀ ਮੰਗਣ ਦਾ ਮਾਮਲਾ, ਤਾਜ਼ਾ ਮਾਮਲਾ ਪਟਿਆਲਾ ਪੁਲਿਸ ਦੇ ਵੱਲੋਂ ਇੱਕ ਵਾਰ ਫਿਰ ਸਾਹਮਣੇ ਆਇਆ, ਜਿਸ ਦੇ ਵਿੱਚ ਪੁਲਿਸ ਨੇ ਗੋਲਡੀ ਬਰਾੜਾ ਅਤੇ ਲਾਰੈਂਸ ਗੈਂਗ ਦੇ ਜਿਹੜੇ ਗੁਰਗੇ ਸੀਗੇ ਉਹਨਾਂ ਨੂੰ ਅਸਲੇ ਦੇ ਨਾਲ ਗ੍ਰਿਫਤਾਰ ਕੀਤਾ। ਪੂਰੀ ਟੀਮ ਹੈ, SSP ਵਰੁਣ ਸ਼ਰਮਾ ਨੇ ਅਤੇ ਨਾਲ SP ਸਰਫਰਾਜ਼ ਆਲਮ ਨੇ, DSP ਸਾਹਿਬ ਨੇ ਅਤੇ ਜਿਹੜੀ ਰਾਜਪੁਰਾ ਦੀ ਪੁਲਿਸ ਹੈ ਜਾਂ ਸ਼ਮਿੰਦਰ ਸਿੰਘ ਨੇ CIA ਦੇ ਇੰਚਾਰਜ, ਉਹਨਾਂ ਦੀ ਟੀਮ ਨੇ ਇਸ ਪੂਰੇ ਜਿਹੜੀ ਘਟਨਾ ਦੇ ਅੰਜਾਮ ਦੇਣ ਵਾਲੇ ਲੋਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸ਼ਰਮਾ ਜੀ ਨਾਲ ਗੱਲ ਕਰ ਲੈਂਦੇ ਹਾਂ। ਵਰੁਣ ਜੀ, ਕਿਸ ਤਰ੍ਹਾਂ ਦੇ ਗੈਂਗਸਟਰ ਸੀ, ਕਿਹੜੇ ਗੈਂਗ ਨਾਲ ਜੁੜੇ ਸੀ ਅਤੇ ਕੀ ਬਰਾਮਦਗੀ ਹੋਈ ਹੈ? ਦੇਖੋ ਮਨੋਜ ਜੀ, ਜਿਹੜਾ ਬਾਹਰ ਬੈਠਾ ਗੈਂਗਸਟਰ ਗੋਲਡੀ ਬਰਾੜ ਆ, ਉਹਦਾ ਮੇਨ ਜਿਹੜਾ ਸਾਥੀ ਆ ਗੋਲਡੀ ਢਿੱਲੋਂ, ਗੋਲਡੀ ਰਾਜਪੁਰਾ ਜੀ, ਜਿਹੜਾ USA ਬੇਸਡ ਆ, ਉਹਨੇ ਰਾਜਪੁਰਾ ਸ਼ਹਿਰ ਦੇ ਇੱਕ ਬੜੇ ਨਾਮੀ ਵਪਾਰੀ ਨੂੰ 50 ਲੱਖ ਰੁਪਈਏ ਦੀ ਫਿਰੌਤੀ ਦੀ ਕਾਲ ਕੀਤੀ ਸੀ। ਬੜਾ ਹੀ ਵਪਾਰੀ ਪਰਿਵਾਰ ਜਿਹੜਾ ਡਰ ਗਿਆ ਸੀ, ਉਹਨਾਂ ਦਾ ਨਾਮ ਮੈਂ ਗੁਪਤ ਰੱਖਣਾ ਚਾਹਾਂਗਾ, ਪਰ ਉਹਨਾਂ ਨੇ ਹੌਸਲਾ ਕਰਕੇ ਸਾਨੂੰ ਅਪਰੋਚ ਕੀਤਾ ਐਂਡ ਬੜੀ ਮਿਹਨਤ ਨਾਲ ਮੇਰੀ ਸਾਰੀ ਟੀਮ ਨੇ ਬੜਾ ਟੈਕਨੀਕਲੀ ਇਸ ਵਾਰਦਾਤ ਨੂੰ ਡਿਟੈਕਟ ਕਰਦੇ ਹੋਏ ਅੱਗੇ ਜਿਹੜੇ 3 ਦੋਸ਼ੀ ਸੀਗੇ ਉਹ ਅਰੈਸਟ ਕਰ ਲਏ, ਜਿਹੜੇ ਗੋਲਡੀ ਢਿੱਲੋਂ ਦੇ ਇਸ਼ਾਰਿਆਂ 'ਤੇ ਜਿਨ੍ਹਾਂ ਨੇ ਅੱਗੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਅਤੇ ਮੈਂ ਸਮਝਦਾ ਹਾਂ ਕਿ ਇਸ ਵਾਰਦਾਤ ਨੂੰ ਟਰੇਸ ਕਰਕੇ ਇੱਕ ਤਾਂ ਵਪਾਰੀ ਵਰਗ ਨੂੰ ਜਿੱਥੇ ਅਸੀਂ ਉਹਨਾਂ ਦਾ ਭਰੋਸਾ ਵੀ ਜਿੱਤਣ 'ਚ ਕਾਮਯਾਬ ਹੋਏ ਹਾਂ, ਅਤੇ ਦੂਜਾ ਗੈਂਗਸਟਰਾਂ ਨੂੰ ਇੱਕ ਬੜਾ ਸਖ਼ਤ ਸੁਨੇਹਾ ਆ ਕਿ ਮਾਨਯੋਗ DGP ਪੰਜਾਬ ਵੱਲੋਂ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿ ਐਕਸਟੋਰਸ਼ਨ ਕਾਲਾਂ ਪ੍ਰਤੀ 0 ਟੋਲਰੈਂਸ ਪੋਲਿਸੀ ਹੈਗੀ ਹੈ। ਅਤੇ ਮੈਂ ਸਾਰੇ ਗੈਂਗਸਟਰ ਅਨਸਰਾਂ ਨੂੰ ਇੱਕ ਸਖ਼ਤ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲੇ 'ਚ ਐਕਸਟੋਰਸ਼ਨ ਕਾਲ ਕਰਕੇ ਰੰਗਦਾਰੀ ਵਸੂਲਣ 'ਚ ਕਾਮਯਾਬ ਹੋਣਗੇ ਤਾਂ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ। ਜਦੋਂ ਹੀ ਸਾਨੂੰ ਇਤਲਾਹ ਆਊਗੀ ਅਸੀਂ ਨਾਲ ਦੇ ਨਾਲ ਕਾਰਵਾਈ ਕਰਕੇ ਉਹਨੂੰ ਟਰੇਸ ਵੀ ਕਰਾਂਗੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੇ ਐਕਸਟੋਰਸ਼ਨ ਕਾਲ ਕਰਦੇ ਉਹਨਾਂ ਦੇ ਖਿਲਾਫ਼ ਕੀਤੀ। ਸਰ, ਕੀ ਲੱਗਦਾ ਲਾਰੈਂਸ ਬਿਸ਼ਨੋਈ ਅਤੇ ਜਿਹੜਾ ਗੋਲਡੀ ਬਰਾੜਾ ਇੱਕ ਵੱਡਾ ਨਾਮ ਨੇ ਅਪਰਾਧ ਦੀ ਦੁਨੀਆ ਦਾ ਅਤੇ ਗੋਲਡੀ ਢਿੱਲੋਂ ਨਾਲ ਹੋ ਗਿਆ, 3 ਹੋ ਗਏ, ਅਤੇ ਉਹਨਾਂ ਦੇ ਵੱਲੋਂ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਉਹਨਾਂ ਨੇ ਫਿਰੌਤੀ ਮੰਗੀ, ਕੀ ਲੱਗਦਾ ਕਿ ਜਦੋਂ ਗੁਰਗੇ ਫੜੇ ਗਏ ਨੇ ਤਾਂ ਪਟਿਆਲਾ ਪੁਲਿਸ ਨੂੰ ਤਾਂ ਸਫਲਤਾ ਮਿਲੀ ਹੈ, ਉੱਥੇ ਵੀ ਕੀ ਸੰਦੇਸ਼ ਜਾਊਗਾ ਕਿ ਜੇਕਰ ਕੋਈ ਇਸ ਤਰ੍ਹਾਂ ਵਪਾਰੀਆਂ ਨੂੰ ਚਾਹੇ ਪਟਿਆਲਾ ਹੋਵੇ ਜਾਂ ਰਾਜਪੁਰਾ ਹੋਵੇ ਇਸ ਤਰ੍ਹਾਂ ਧਮਕੀ ਦਊਗਾ ਤਾਂ ਉਹਦਾ ਅੰਜਾਮ ਪਟਿਆਲਾ ਪੁਲਿਸ ਨੂੰ ਪਤਾ ਵੀ ਕੀ ਕਰਨਾ? ਦੇਖੋ, ਬੀਤੇ ਦਿਨੀ ਵੀ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ 2 ਥਾਵਾਂ 'ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਦਾ ਬਨੂੜ ਏਰੀਏ 'ਚ ਐਨਕਾਊਂਟਰ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਫਿਰੌਤੀ ਕਾਲ ਨੂੰ ਟਰੇਸ ਕਰਕੇ ਅਸੀਂ ਜਿਹੜੇ 3 ਮੇਨ ਉਹਨਾਂ ਦੇ ਗੁਰਗੇ ਨੇ ਉਹ ਅਰੈਸਟ ਕੀਤੇ ਆ। ਜਿਹੜੇ ਬਾਹਰ ਗੈਂਗਸਟਰ ਬੈਠੇ ਆ ਉਹਨਾਂ ਨੇ ਅੱਗੇ ਵਾਰਦਾਤ 'ਤੇ ਆਪਣੇ ਇਹਨਾਂ ਫੁੱਟ ਸੋਲਜਰਾਂ ਤੋਂ ਹੀ ਕਰਾਉਣੀ ਸੀ, ਅਤੇ ਅਸੀਂ ਲਗਾਤਾਰ ਇਹ ਚੀਜ਼ ਇਨਸ਼ੋਰ ਕਰਾਂਗੇ ਕਿ ਇੱਕ ਤਾਂ ਕੋਈ ਵਾਰਦਾਤ ਨਾ ਹੋਵੇ ਅਤੇ ਜੇਕਰ ਕੋਈ ਕਾਲ ਆਉਂਦੀ ਆ ਤਾਂ ਸਖ਼ਤ ਤੋਂ ਸਖ਼ਤ ਜਿਹਨੂੰ ਐਗਜ਼ੈਂਪਲਰੀ ਐਕਸ਼ਨ ਆ ਉਹ ਲਿਆ ਜਾਵੇ ਤਾਂ ਕਿ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ। ਸ਼ਰਮਾ ਜੀ, ਜਿਹੜੇ 3 ਗੁਰਗੇ ਫੜੇ ਗਏ ਨੇ ਉਹਨਾਂ ਦਾ ਅਪਰਾਧਿਕ ਰਿਕਾਰਡ ਪਹਿਲਾਂ ਵੀ ਹੈਗਾ ਅਤੇ ਉਹਨਾਂ ਤੋਂ ਬਰਾਮਦ ਕੀ ਹੋਇਆ? ਦੇਖੋ, ਇੱਕ ਵਧੀਆ ਕੁਆਲਿਟੀ ਦਾ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ ਜਿਹਦੇ ਰਾਹੀਂ ਉਹਨਾਂ ਨੇ ਅੱਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ, ਅਤੇ ਇਹਨਾਂ 'ਚੋਂ 2 ਦੋਸ਼ੀਆਂ ਦਾ ਜਿਹੜਾ ਅਪਰਾਧਿਕ ਪਿਛੋਕੜ ਵੀ ਆ, ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਹੁਣ ਇਹ ਅੱਗੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਯੋਗ ਨਾ ਰਹਿ ਜਾਣ। ਜੀ, ਥੈਂਕ ਯੂ। ਸੋ SSP ਵਰੁਣ ਸ਼ਰਮਾ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਉਸ ਮਕਸਦ ਨੂੰ ਇੱਕ ਵਾਰੀ ਫੇਰ ਦੱਸਿਆ ਕਿ ਜੇਕਰ ਗੈਂਗਸਟਰ ਪੰਜਾਬ ਦੇ ਵਿੱਚ ਜਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਪਟਿਆਲਾ ਪੁਲਿਸ ਤੋਂ ਬਚ ਨਹੀਂ ਸਕਣਗੇ। ਪਟਿਆਲਾ ਤੋਂ ਕੈਮਰਾਮੈਨ ਅੰਗਰੇਜ਼ ਦੇ ਨਾਲ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।